ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ। ਇਹਨਾਂ ਦੀ ਸੋਚ ਤੇ ਸਾਡੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅਸੀਂ ਪੰਜਾਬ ਲਈ ਸੋਚਦੇ ਹਾਂ, ਇਹ ਹਰ ਵੇਲੇ ਕੇਜਰੀ ਕੇਜਰੀਵਾਲ ਤੇ ਦਿੱਲੀ ਦਿੱਲੀ ਸੋਚਦੇ। ਪਹਿਲਾਂ ਬਾਦਲ ਹੁਣੀ ਬਚਾਉਂਦੇ ਰਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ, ਉਹੀ ਰੋਲ ਹੁਣ ਤਕਰੀਬਨ ਕੈਪਟਨ ਅਮਰਿੰਦਰ ਸਿੰਘ ਨੇ ਅਖਤਿਆਰ ਕਰ ਲਿਆ। ਸੁਖਪਾਲ ਖਹਿਰਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਮਹਾਗਠਬੰਧਨ ਹੁੰਦਾ ਹੈ ਤੇ ਜੇਕਰ ਉਸ ਵਿੱਚ ਖਹਿਰਾ ਦੀ ਪਾਰਟੀ ਸ਼ਾਮਲ ਹੋਈ ਤਾਂ ਉਹ ਉਸ ਵਿੱਚ ਸ਼ਾਮਲ ਨਹੀਂ ਹੋਣਗੇ। ਖਹਿਰਾ ਨੇ ਇਸ ਦਾ ਜਵਾਬ ਦਿੰਦੇ ਇੱਕ ਵਾਰ ਫਿਰ ਭਗਵੰਤ ਮਾਨ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਘੱਟ ਪਿਆਰਾ ਤੇ ਉਹ ਹਰ ਸਮੇਂ ਕੇਜਰੀਵਾਲ ਦਾ ਨਾਮ ਜਪਦੇ ਹਨ ਤੇ ਦਿੱਲੀ ਦਿੱਲੀ ਕਰਦੇ ਰਹਿੰਦੇ ਹਨ ਤੇ ਉਹਨਾਂ 'ਚ ਬੈਂਸ ਤੇ ਖਹਿਰਾ ਪ੍ਰਤੀ ਨਫ਼ਰਤ ਜ਼ਿਆਦਾ ਨਜ਼ਰ ਆਉਂਦੀ ਹੈ ਤੇ ਖਹਿਰਾ ਨੇ ਆਪ ਪਾਰਟੀ ਦੀ ਟਕਸਾਲੀਆਂ ਤੇ BSP ਨਾਲ ਗਠਬੰਧਨ ਦੀ ਗੱਲ ਨੂੰ ਸਿਰੇ ਤੋਂ ਇਨਕਾਰਦਿਆਂ ਕਿਹਾ ਕਿ BSP ਦੇ ਟਕਸਾਲੀ ਅਕਾਲੀ ਦਲ ਦੀ ਗੱਲਬਾਤ ਉਹਨਾਂ ਦੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨਾਲ ਚੱਲ ਰਹੀ ਹੈ ਤੇ ਉਹਨਾਂ ਉਮੀਦ ਜਤਾਈ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਪੰਜਾਬ ਵਿੱਚ ਜ਼ਰੂਰ ਕਾਮਯਾਬ ਹੋਵੇਗਾ। ਦੇਖੋ, ਇਸ ਤਰ੍ਹਾਂ ਵਾ, ਭਗਵੰਤ ਮਾਨ ਨੂੰ ਪੰਜਾਬ ਘੱਟ ਪਿਆਰਾ ਵਾ ਤੇ ਉਹਨੂੰ ਬੈਂਸ ਤੇ ਖਹਿਰੇ ਦੇ ਪ੍ਰਤੀ ਨਫ਼ਰਤ ਜ਼ਿਆਦਾ ਨਜ਼ਰ ਆਉਂਦੀ ਹੈ। ਇਹ ਉਹਨਾਂ ਦੀ ਬਹੁਤ ਛੋਟੀ ਤੇ ਸੌੜੀ ਸੋਚ ਦਾ ਸਬੂਤ ਹੈ। ਜਦੋਂ ਸਾਡੇ ਨਾਲ ਗਠਬੰਧਨ ਵਾਲਿਆਂ ਅਲਾਇੰਸ ਪਾਰਟਨਰਸ ਨੇ ਪੁੱਛਿਆ ਸੀਗਾ ਕਿ ਕੀ ਤੁਸੀਂ ਝਾੜੂ ਨੂੰ ਜਗ੍ਹਾ ਦੇ ਸਕਦੇ ਹੋ, ਅਸੀਂ ਕਿਹਾ ਕਿ ਪੰਜਾਬ ਦੇ ਹਿੱਤ ਨੂੰ ਰੱਖ ਕੇ ਅਸੀਂ ਕੁਛ ਵੀ ਕਰ ਸਕਦੇ ਹਾਂ। ਪਰ ਇਹਨਾਂ ਦੀ ਸੋਚ ਤੇ ਸਾਡੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅਸੀਂ ਪੰਜਾਬ ਲਈ ਸੋਚਦੇ ਹਾਂ, ਇਹ ਹਰ ਵੇਲੇ ਕੇਜਰੀ ਕੇਜਰੀਵਾਲ ਤੇ ਦਿੱਲੀ ਦਿੱਲੀ ਸੋਚਦੇ। ਉਹ ਕਹਿੰਦੇ ਨੇ ਸਾਡੀ ਗੱਲ ਟਕਸਾਲੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀਆਂ ਚੱਲ ਰਹੀ ਹੈ, ਅਸੀਂ ਅੱਛਾ ਪਰਫਾਰਮ ਕਰਾਂਗੇ। ਦੇਖੋ, ਇਸ ਦਾ ਇਹ ਜਿਹੜਾ ਸਿਰਫ ਕਨਫਿਊਜ਼ਨ ਐਡ ਕੀਤੀ ਜਾ ਰਹੀ, ਕਿਉਂਕਿ ਕੱਲ ਹੀ ਸਾਡੇ ਜਿਹੜਾ ਸਾਡਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਆ, ਉਹਦੇ ਵਿੱਚ BSP ਵੀ ਸ਼ਮੂਲੀਅਤ ਸੀਗੀ, ਉਹਦੇ 'ਚ ਟਕਸਾਲੀ ਅਕਾਲੀ ਦਲ ਵੀ ਸੀਗਾ। ਔਰ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਇਹ ਅਲਾਇੰਸ ਆਉਣ ਵਾਲੇ ਦਿਨਾਂ ਵਿੱਚ ਬੜਾ ਮਜ਼ਬੂਤ ਹੋ ਕੇ ਬਾਹਰ ਨਿਕਲੇਗਾ। ਪਰ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰਸ ਇਹ ਕਹਿ ਰਹੇ ਨੇ ਕਿ ਅਸੀਂ ਟਕਸਾਲੀਆਂ ਨਾਲ ਵੀ ਗੱਲ ਚਲਾ ਰਹੇ ਹਾਂ, ਅਸੀਂ BSP ਨਾਲ ਵੀ ਚੱਲ ਰਹੇ ਹਾਂ, ਜਾਂ ਤਾਂ ਕਿਸੇ ਮੀਟਿੰਗ ਵਿੱਚ ਦਿਖਾ ਦੇਣ ਕਿ ਕਿਤੇ ਇਕੱਠੇ ਹੋਏ ਨੇ ਅੱਜ ਤੱਕ। ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਕਿ ਇਹ ਜਵਾਬ BSP ਤੇ ਟਕਸਾਲੀ ਦਾ ਜ਼ਿਆਦਾ ਬਣਦਾ, ਪਰੰਤੂ ਸਾਨੂੰ ਕੌਨਫੀਡੈਂਸ ਹੈ ਕਿ ਸਾਡਾ ਅਲਾਇੰਸ ਜਿਹੜਾ ਪੂਰਾ ਕਾਮਯਾਬ ਪੰਜਾਬ ਦੇ ਵਿੱਚ ਹੋਵੇਗਾ। ਇੱਕ ਹੋਰ ਆਰੋਪ ਉਹਨਾਂ ਨੇ ਲਗਾਇਆ, ਕਹਿੰਦੇ ਨੇ ਮੈਨੂੰ ਹਰਾਇਆ ਗਿਆ ਵਿਧਾਨ ਸਭਾ 'ਚ ਅਕਾਲੀ ਦਲ ਅਤੇ ਕਾਂਗਰਸ ਨੇ ਰਲ ਕੇ, ਕਿਉਂਕਿ ਕੈਪਟਨ ਜਲਾਲਾਬਾਦ ਤੋਂ ਲੜੇ ਅਤੇ ਰਵਨੀਤ ਬਿੱਟੂ ਨੂੰ ਉੱਧਰ ਭੇਜ ਦਿੱਤਾ। ਕਹਿੰਦੇ ਹੁਣ ਵੀ ਇਹੀ ਹੋਏਗਾ। ਦੇਖੋ, ਇੱਕ ਪਾਸੇ ਕਹਿੰਦੇ ਨੇ ਕਿ ਕਾਂਗਰਸ ਅਤੇ ਅਕਾਲੀ ਦਲ ਮਿਲ ਕੇ ਹਰਾਉਂਦੇ ਨੇ, ਇੱਕ ਪਾਸੇ ਕਾਂਗਰਸ ਨਾਲ ਆਮ ਆਦਮੀ ਪਾਰਟੀ ਦੇ ਅਲਾਇੰਸ ਦੀ ਬਹੁਤ ਸੀਰੀਅਸ ਟਾਕਸ ਚੱਲੀਆਂ ਰਹੀਆਂ। ਅੱਜ ਵੀ ਹਲੇ ਚਾਂਸਿਸ ਹੈਗੇ ਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਆਪਸ ਵਿੱਚ ਗੱਠਜੋੜ ਕਰਨ। ਸੋ ਇਹ ਭਗਵੰਤ ਦਾ ਬਿਆਨ ਜਿਹੜਾ ਹੈ ਬਿਲਕੁਲ ਬੇਤੁਕਾ ਹੈ, ਔਰ ਮੈਂ ਸਮਝਦਾ ਕਿ ਸੱਚ ਉਦੋਂ ਪਤਾ ਲੱਗੇਗਾ ਜਦੋਂ ਇਹ ਵਾਕਈ ਹੀ ਕਾਂਗਰਸ ਨਾਲ ਨਾਤਾ ਤੋੜ ਲੈਣ। ਅੱਗੇ ਖਹਿਰਾ ਨੇ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਤੇ ਰਾਜਨੀਤੀ ਭਾਰੂ ਹੈ ਤੇ ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਕੈਪਟਨ ਨੂੰ ਉਸ ਸਮੇਂ ਦੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਸਮੇਤ ਦੋਸ਼ੀ ਪੁਲਿਸ ਅਫਸਰਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਖਹਿਰਾ ਨੇ ਮੰਨਿਆ ਕਿ ਪੰਜਾਬ ਅੰਦਰ ਅੱਜ ਵੀ ਨਸ਼ਾ ਆਮ ਹੈ। ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਬਹਿਬਲ ਕਲਾਂ ਦੇ ਪੁਲਿਸ ਫਾਇਰਿੰਗ ਵਿੱਚ ਸ਼ਿਕਾਰ ਹੋਏ ਨੌਜਵਾਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਦਿੱਤਾ। 3 ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ, ਇੰਨੇ ਕਮਿਸ਼ਨ, ਇੰਨੀਆਂ SITs ਬੈਠੀਆਂ, ਪਰ ਹਲੇ ਤੱਕ ਕਾਤਲਾਂ ਨੂੰ ਫੜਿਆ ਨਹੀਂ ਗਿਆ। ਇਹਦੇ 'ਚ ਮੈਂ ਸਮਝਦਾ ਕਿ ਵੋਟ ਬੈਂਕ ਪੋਲੀਟਿਕਸ ਪਲੇ ਕਰਦੀ ਆ। ਪਹਿਲਾਂ ਬਾਦਲ ਹੁਣੀ ਬਚਾਉਂਦੇ ਰਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ, ਉਹੀ ਰੋਲ ਹੁਣ ਤਕਰੀਬਨ ਕੈਪਟਨ ਅਮਰਿੰਦਰ ਸਿੰਘ ਨੇ ਅਖਤਿਆਰ ਕਰ ਲਿਆ। ਤਾਕਤਵਾਰ ਲੋਕਾਂ ਨੂੰ ਹੱਥ ਨਹੀਂ ਪਾ ਰਹੀ, ਔਰ ਜਦੋਂ ਤੁਸੀਂ ਹੱਥ ਨਹੀਂ ਪਾਉਂਦੇ ਔਰ ਉਹਨਾਂ ਨੂੰ ਸਮਾਂ ਦਿੰਦੇ ਹੋ, ਕਈ ਕੋਰਟਾਂ ਕਚਹਿਰੀਆਂ ਵਿੱਚ ਜਾ ਕੇ ਆਪਣੇ ਉਹ ਸਟੇ ਵਗੈਰਾ ਲਿਆਉਂਦੇ ਨੇ। ਸੋ ਸਾਡੀ ਇਹ ਮੰਗ ਆ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਕਿ ਛੇਤੀ ਤੋਂ ਛੇਤੀ ਬਹਿਬਲ ਕਲਾਂ ਗੋਲੀ ਕਾਂਡ ਦੇ ਪੁਲਿਸ ਅਫਸਰਸ ਨੂੰ ਔਰ ਜਿਨ੍ਹਾਂ ਨੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੀ, ਭਾਵ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਨੂੰ
ਛੇਤੀ ਤੋਂ ਛੇਤੀ ਉਹਦੇ ਵਿੱਚ ਨਾਮਜ਼ਦ ਕਰਕੇ ਅਤੇ ਉਹਨਾਂ ਦੇ ਖਿਲਾਫ਼ ਪੁਖਤਾ ਕਾਰਵਾਈ ਹੋਣੀ ਚਾਹੀਦੀ। ਆਖਰੀ ਸਵਾਲ ਹੈ, ਉਹ ਕਹਿੰਦੇ ਨੇ ਕਿ ਅੱਜ ਵੀ ਡਰੱਗਸ ਵਿਕਦਾ ਹੈ ਪੰਜਾਬ 'ਚ, ਬੱਚੇ ਨੂੰ ਵੀ ਪਰਚੀ 'ਤੇ ਲਿਖ ਕੇ ਦੇ ਦਿਓ ਤਾਂ ਵੀ ਡਰੱਗਸ ਮਿਲ ਜਾਂਦੇ। ਕੋਈ ਸ਼ੱਕ ਥੋੜ੍ਹਾ ਹੈ, ਕਾਂਗਰਸ ਦੇ MLAs ਕਹਿ ਚੁੱਕੇ ਆ, ਆਮ ਜਨਤਾ ਕਹਿ ਚੁੱਕੀ ਆ, ਮੀਡੀਆ ਸਟੋਰੀਜ਼ ਕਰ ਚੁੱਕਿਆ ਵਾ, ਬਹੁਤ ਸਾਰੇ ਪਿੰਡਾਂ 'ਚ ਮੀਡੀਆ ਨੇ ਐਕਸਪੋਜ਼ ਕਰਤਾ ਕਿ ਹਰ ਕਿਸਮ ਦੇ ਡਰੱਗਸ ਬੜੇ ਰੈਂਪੈਂਟਲੀ ਔਰ ਬਲੇਟੈਂਟਲੀ ਔਰ ਬੜੇ ਈਜ਼ੀਲੀ ਅਵੇਲੇਬਲ ਨੇ, ਔਰ ਹੁਣ ਤਾਂ ਕਾਂਗਰਸ ਦੇ MLAs ਨੇ ਉਸ ਦੇ ਉੱਤੇ ਮੋਹਰ ਲਾ ਦਿੱਤੀ। ਇਸ ਲਈ ਸਾਡਾ ਇਹ ਮੰਨਣਾ ਵਾ ਕਿ ਡਰੱਗਸ ਨੂੰ ਉਦੋਂ ਤੱਕ ਨਹੀਂ ਖਤਮ ਕੀਤਾ ਜਾ ਸਕਦਾ ਜਦੋਂ ਤੁਸੀਂ ਤਾਕਤਵਰ ਬੰਦਿਆਂ ਨੂੰ ਨਹੀਂ ਫੜਦੇ। ਪਿੱਛੇ ਪੁਲਿਸ ਵਾਲਿਆਂ ਦੇ ਨਾਮ ਆਏ ਤਾਂ ਕੈਪਟਨ ਸਾਹਿਬ ਨੇ ਉਹਨਾਂ ਨੂੰ ਬਚਾਇਆ, ਆਪਣੇ ਪੁਲਿਸ ਆਫਿਸਰਸ ਨੂੰ। ਜੇ ਵਿਕਰਮ ਮਜੀਠੀਆ ਦਾ ਨਾਮ ਆਉਂਦਾ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੇ, ਅਤੇ ਫਿਰ ਪੈਟੀ ਸਮਗਲਰਸ ਅਤੇ ਪੈਟੀ ਐਟਿਕਸ ਨੂੰ ਫੜ ਕੇ ਜੇਲ੍ਹਾਂ ਵਿੱਚ ਧੱਕਣਾ, ਪੰਜਾਬ 'ਚ ਨਸ਼ੇ ਨਹੀਂ ਖਤਮ ਹੋਣ। ਕੋਰਟ ਲੱਗਣ ਵਾਲਾ, ਤੁਹਾਡੀ ਤਿਆਰੀ ਕਿੱਥੇ ਪਹੁੰਚੀ ਹੈ ਤੁਹਾਡੀ ਪਾਰਟੀ? ਦੇਖੋ, ਅਸੀਂ ਪੰਜਾਬ ਡੈਮੋਕਰੈਟਿਕ ਅਲਾਇੰਸ ਦੀਆਂ ਬਹੁਤ ਫਾਈਨਲ ਸਟੇਜਸ ਦੇ ਉੱਤੇ ਹਾਂ, ਔਰ ਮੈਂ ਪਰਮਾਤਮਾ ਦੀ ਕਿਰਪਾ ਨਾਲ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਅਸੀਂ ਬਹੁਤ ਇੱਕ ਮਜ਼ਬੂਤ ਗੱਠਜੋੜ ਪੰਜਾਬ ਦੇ ਵਿੱਚ ਲੋਕਾਂ ਨੂੰ ਅਸੀਂ ਪੇਸ਼ ਕਰਾਂਗੇ। ਔਰ ਉਹਦੇ 'ਚ ਇਕੱਲਾ ਗੱਠਜੋੜ ਨਹੀਂ ਹੈ, ਇਕੱਲਾ ਸੀਟਾਂ ਦੀ ਅਲਾਈਨਮੈਂਟ ਹੈਗੀ, ਉਹਦੇ 'ਚ ਨਾਲ ਅਸੀਂ ਆਈਡੀਓਲੋਜੀਕਲੀ ਵੀ ਜਿਹੜੇ ਪੰਜਾਬ ਦੇ ਭੱਖਦੇ ਮਸਲੇ ਨੇ, ਚਾਹੇ ਉਹ ਪਾਣੀਆਂ ਦੀ ਗੱਲ ਹੈ, ਚਾਹੇ ਉਹ ਨਸ਼ਿਆਂ ਦੀ ਗੱਲ ਹੈ, ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਹੈ, ਚਾਹੇ ਉਹ ਕਿਸਾਨ ਆਤਮਹੱਤਿਆ, ਇਹ ਸਾਰੇ ਇਸ਼ੂਜ਼ ਨੂੰ ਹਾਈਲਾਈਟ ਕਰਨ ਵਾਸਤੇ ਇੱਕ ਪਲੈਂਕ ਦੇ ਉੱਤੇ, ਇੱਕ ਪਲੈਟਫਾਰਮ 'ਤੇ ਇਕੱਠੇ ਹੋ ਕੇ ਲਾਈਕ ਮਾਈਂਡਡ ਲੋਕ ਅਸੀਂ ਪੰਜਾਬ 'ਚ ਤੀਸਰੇ ਬਦਲ ਦੀ ਪੇਸ਼ਕਸ਼ ਪੰਜਾਬ ਦੇ ਲੋਕਾਂ ਦੇ ਕੋਲ ਕਰਾਂਗੇ। ਲੋਕ ਸਭਾ ਦੇ ਨਾਲ ਜੇ ਤੁਹਾਡੇ ਹਲਕੇ ਦੀ ਚੋਣ ਆ ਜਾਂਦੀ ਹੈ, ਜਿਮਨੀ ਹੋ ਜਾਂਦੀ ਹੈ, ਜੇ ਹੋ ਜਾਂਦੀ ਹੈ, ਕੋਈ ਪ੍ਰੋਬਲਮ ਨਹੀਂ ਗੀ। ਆਈ ਐਮ ਰੈਡੀ ਟੂ ਫੇਸ ਐਵਰੀ ਇਲੈਕਸ਼ਨ, ਆਈ ਹੈਵ ਨੈਵਰ ਰਨ ਅਵੇ, ਔਰ ਇਹ ਸਮਾਂ ਦੱਸੇਗਾ ਕਿ ਕਿਹੜੀ ਇਲੈਕਸ਼ਨ ਕਦੋਂ ਆਉਂਦੀ ਹੈ। ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।